स्वागत है किसान वीरों तुहाडा यूट्यूब चैनल सिद्धक डेयरी फार्मिंग दे विच। किसान वीरों अज जिहड़ी वीडियो बना रहे हैं पिंड ताजपुर तहसील नूं रायकोट पैंदी है ते जिला लुधियाना रायकोट तो पखोवाल रोड दे उत्ते इह पिंड है ते मेन रोड ते बाई दा घर है। व्यापार दा काम है दोस्तों, वीडियो चैनल ते बहुत अपलोड करी दी है क्योंकि पशु रूटीन च आउंदे आ। ये भी वीर दोस्तों चैनल की शुरुआत तो अपने नाल जुड़िया हुआ अजे तक साथ दे रहा, बाकी अगे कि चिर निभदी है वह परमात्मा नूं पता है। अज की वीडियो च दो गावां ते एक मझ, तीन पशु विकाऊ है। डिटेल इन्हां बारे बाई तो पुछांगे, वीडियो नूं एंड तक देखियो। जिन्हों इन्हां पशुआं दे विचों कोई पशु पसंद आउंदा इत्थे आ के खंगूड़ा डेयरी फार्म ते तुसीं दोस्तों पशु खरीद सकदे हो, सामने बैनर लगा देख सकदे हो। सो आओ बाई नाल गल्लबात करदे हां, इन्हां गावां बारे पहलां पुछदे हां, बाद च मझ वी तुहानूं दिखावांगे। ਬਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦੀ? ਰਮਨਦੀਪ ਸਿੰਘ ਜੀ। ਯਾਰ ਰਮਨਦੀਪ, ਜਿਹੜੀ ਪਹਿਲੇ ਨੰਬਰ ਤੇ ਗਾਂ ਤੇਰੇ ਵਾਲੇ ਪਾਸੇ? ਹਾਂਜੀ ਹਾਂਜੀ। ਕਿੰਨਵਾਂ ਸੂਆ? ਦੂਜਾ ਸੂਆ ਜੀ। ਦੰਦੋ ਕਿਵੇਂ ਇਹ? ਤਾਂ ਸੇਰਾਂ ਦਾ ਜੀ। ਕਿੰਨੇ ਕੁ ਦਿਨ ਲੈ ਜੀ? 10-11 ਦਿਨ ਬਾਕੀ ਹੋਏ ਵੀਰੇ। ਜੇ ਕਿੰਨਾ ਕੁ ਦੁੱਧ ਉਮੀਦ ਆ ਪਾ? ਤੁਹਾਨੂੰ 20% ਦੇ ਦੂਗੀ। ਠੀਕ ਹੈ, ਰੇਟ ਇਹਦਾ ਕੀ ਰੱਖਿਆ? 53,000 ਰੁਪਏ। 50 ਦਿੱਤਾ ਜੀ। ਖੋਲੀ ਦੋਸਤੋ, ਸੋਹਣੀ ਗਾਂ ਤੇ ਰੇਟ ਵੀ ਜੇ ਦੇਖੀਏ ਤਾਂ ਗਾਂ ਦਾ ਜਾਇਜ਼ ਆ। ਜਾਇਜ਼ ਇਸ ਲਈ ਕਹਿੰਦਾ ਕਿਉਂਕਿ ਦੋਸਤੋ ਢਾਂਚਾ ਦੇਖਦੇ ਹਾਂ ਉਹ ਵੀ ਚੰਗਾ, ਜੋ ਤੁਰੂਗੀ ਤੁਸੀਂ ਦੇਖ ਲਓਗੇ। ਖਵਾਨਾ ਬਹੁਤ ਸੋਹਣਾ ਬਣਾਉਂਦੀ ਆਉਂਦੀ ਹੈ, ਹਜੇ 10-11 ਦਿਨ ਰਹਿੰਦੇ ਆ। ਸੋ ਚੰਗੇ ਰੰਗ ਰੂਪ ਦੀ 6 ਦੰਦ ਦਾ ਦੋਸਤੋ ਦੂਜਾ ਸੂਆ ਸੂਣ ਲੱਗੀ ਹੈ। ਖਵਾਨਾ ਦੇਖੋ ਬਹੁਤ ਸੋਹਣਾ, ਥਣ ਦਾ ਸਹਿਜ ਵੀ ਚੰਗਾ ਦਿਖਾਉਂਦੀ ਹੈ, ਕਮਾਲਾ ਬਾਈ। ਸੋ ਜਿਹੜਾ ਵੀਰ ਪਸੰਦ ਕਰੇ, 53,000 ਡਿਮਾਂਡ ਬਾਈ ਨੇ ਕੀਤੀ ਹੈ, ਕੁਛ ਇਹਦੇ 'ਚੋਂ ਘੱਟ ਜਾਣਾ ਮੌਕੇ 'ਤੇ। ਸੋ ਉਸ ਚੀਜ਼ ਨੂੰ ਧਿਆਨ 'ਚ ਰੱਖ ਕੇ ਤੁਸੀਂ ਕਾਲ ਕਰ ਲਿਓ। ਸੋਹਣੇ ਢਾਂਚੇ ਦੀ ਹੈ ਗਾਂ, ਦੁੱਧ ਚੰਗਾ ਪਾਊਗੀ। ਬਾਕੀ ਦੁੱਧ ਹਮੇਸ਼ਾ ਸੇਵਾ ਦਾ ਹੁੰਦਾ, ਪਰ ਜਿਹੜਾ ਹੁਣ ਰੁੱਖ ਦੱਸਦਾ ਉਹ ਤੋਂ ਲੱਗਦਾ ਵੀ ਦੁੱਧ ਵੈਟ ਚੰਗਾ ਦਿਊ, ਕਿਉਂਕਿ ਜੇ 10-12 ਦਿਨਾਂ ਦੀ ਕੱਚੀ ਹੈ ਖਵਾਨਾ ਬਹੁਤ ਸੋਹਣਾ ਬਣਾ ਜਾਣਾ ਇਹਨੇ। ਸੋ ਇਹ ਗਾਂ ਪਹਿਲੇ ਨੰਬਰ 'ਤੇ ਦਿਖਾਉਣੀ ਸੀ। ਚੰਗੀ ਕੰਗਰੋੜ ਦੋਸਤੋ ਉੱਤੋਂ ਦੇਖਦੇ ਹਾਂ ਤਾਂ ਬਿਲਕੁਲ ਸਿੱਧੀ ਹੈ, ਇਹ ਵੀ ਖਾਸ ਚੀਜ਼ ਹੈ। ਕੈਚਅਪ ਦੇ ਵਿੱਚ ਇਹ ਵੱਡੀ ਸਮੱਸਿਆ ਆਉਂਦੀ ਹੈ, ਜਦੋਂ ਪਸ਼ੂ ਕਮਜ਼ੋਰ ਹੁੰਦਾ ਤਾਂ ਉੱਤੋਂ ਲੇਦਾਪਣ ਆ ਜਾਂਦਾ, ਪਰ ਇਹਦੀ ਜੇ ਕੰਗਰੋੜ ਦੇਖਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਫਲੈਟ ਆ, ਸਿੱਧੀ ਹੈ, ਨਾ ਉੱਪਰ ਨੂੰ ਉੱਠੀ ਹੈ ਅਤੇ ਨਾ ਥੱਲੇ ਨੂੰ ਬੈਠੀ ਹੈ। ਸੋ ਇਹ ਦੋਸਤੋ ਦੂਜਾ ਸੂਆ ਸੁਣਦੀ ਗਾਂ। ਇੱਕ ਹੋਰ ਗਾਂ ਬਾਈ ਕੋਲ ਨਾਲ ਹੀ ਅਤੇ ਵੱਧੀ ਵੀ, ਜਿਹੜੀ 2 ਨੰਬਰ 'ਤੇ ਗਾਂ, ਇਹਦਾ ਸੂਆ ਇਹ ਵੀ ਦੂਜਾ ਸੂਆ 6 ਦਾ ਵੀਰੇ ਵੀ। ਠੀਕ ਹੈ, ਇਹਦੇ ਕਿੰਨੇ ਦਿਨ ਰਹਿੰਦੇ ਆ? ਹਫ਼ਤਾ ਬਾਕੀ ਇਹਦਾ। ਇਹ ਦੁੱਧ ਕਿੰਨਾ ਕੁ ਦੇ ਸਕਦੀ ਹੈ? ਦੁੱਧ ਫਿਰ 20+ ਦੇ ਕਰੀਬ ਦੇ ਦੂਗੀ। ਠੀਕ ਹੈ, ਇਹਦਾ ਰੇਟ ਕ੍ਰੋਸ ਪਾਉਣਾ ਥੋੜ੍ਹਾ ਜਿਹਾ ਵੀਰੇ। ਠੀਕ, ਇਹਦਾ ਰੇਟ ਕੀ ਰੱਖਿਆ? 49,000 ਰੁਪਇਆ। ਖੋਲੀ ਦੋਸਤੋ, ਇਹਦਾ ਰੇਟ 49,000 ਹੈ, ਥੋੜ੍ਹੀ ਜਿਹੀ ਮੂੰਹ ਵਾਲੇ ਪਾਸਿਓਂ ਕ੍ਰੋਸ ਲੱਗਦੀ ਹੈ, ਪਰ ਜੇ ਪਿੱਛੋਂ ਢਾਂਚਾ ਦੇਖਦੇ ਹਾਂ, ਪੈਠਪੁੜਾ ਦੇਖਦੇ ਹਾਂ, ਤਾਂ ਉਹਦੇ ਤੋਂ HFE ਹੈ। ਇਹ ਵੀ ਦੂਜਾ ਸੂਆ ਅਤੇ 6 ਦੰਦ ਹੈ, ਦਰਮਿਆਨੇ ਕੱਦ ਕਾਠਦੀ ਹੈ, ਥਾਣੇ ਦਾ ਦੂਜੀ ਦੇ ਮੁਕਾਬਲੇ ਜ਼ਿਆਦਾ ਲੰਬਾਈ ਦੇ ਵਿੱਚ, ਜਾਣੀ ਬਹੁਤ ਸੋਹਣਾ ਮੁੱਠੀ ਦੀ ਚਵਾਈ ਵਾਲਾ ਥਾਣ ਹੈ। ਹਵਾਨੇ ਦੀ ਜਿਹੜੀ ਧੱਕ ਆ ਥੋੜ੍ਹੀ ਜਿਹੀ ਇਹਦੀ ਲੱਗਦੀ ਹੈ ਵੀ ਅਗਲੇ ਪਾਸੇ ਵੱਧ ਵਿਖਾਊਗੀ, ਕਿਉਂਕਿ ਇਹਦਾ ਹਵਾਨਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ। ਥਣ ਦਾ ਸਾਈਜ਼ ਤਾਂ ਦੋਸਤੋ ਤੁਰਦੀ ਤੋਂ ਤੁਹਾਨੂੰ ਵੀਡੀਓ 'ਚ ਦਿਸਦਾ ਹੋਊਗਾ। ਚੰਗੀ ਸਮੀ ਵੀ ਹੈ, ਸੋਹਣੀ ਵਹਿੜ ਹੈ, ਜੇ ਕੋਈ ਵੀਰ ਪਸੰਦ ਕਰੇ। 49,000 ਡਿਮਾਂਡ ਕੀਤੀ ਹੈ ਬਾਈ ਨੇ, ਕੁਛ ਇਹਦੇ 'ਚੋਂ ਵੀ ਘੱਟ ਜਾਣਾ। ਸੋ ਉਸ ਚੀਜ਼ ਨੂੰ ਧਿਆਨ 'ਚ ਰੱਖ ਕੇ ਤੁਸੀਂ ਫੋਨ ਕਰ ਲਿਓ, ਜਿਹਨੂੰ ਜਜੇ ਪਸ਼ੂ ਕੋਈ ਵੀ ਦੋਸਤੋ ਸੌਦਾ ਵੇਖ ਕੇ ਆਪ ਆ ਕੇ ਕਰ ਸਕਦੇ ਹੋ। ਥਣ ਦਾ ਸਾਈਜ਼ ਬਹੁਤ ਸੋਹਣਾ, ਮੁੱਢ ਮੋਟਾ ਅਤੇ ਥੱਲਿਓਂ ਤਿੱਖੇ ਥਣ ਹੈ। ਦੁੱਧ ਵਾਲੀ ਗਾਂ, ਬਿੱਠੀ ਥੋੜ੍ਹੀ ਜਿਹੀ ਥਣਾਂ 'ਚ ਤੁਸੀਂ ਉਹ ਦੇਖ ਹੀ ਸਕਦੇ ਹੋ, ਥੋੜ੍ਹੀ ਜਿਹੀ ਘੱਟ ਹੈ, ਪਰ ਸਾਈਜ਼ ਜੇ ਦੇਖਦੇ ਹਾਂ ਤਾਂ ਬਹੁਤ ਚੰਗਾ। ਇੱਕ ਮੱਝ ਹੈ ਦੋਸਤੋ ਬਾਈ ਕੋਲ, ਉਹਦੇ ਬਾਰੇ ਵੀ ਪੁੱਛ ਲੈਂਦੇ ਹਾਂ। ਇਹ 2 ਗਾਵਾਂ ਸੀਗੀਆਂ, ਦੋਨੇ ਦਿਖਾ ਤੀਆਂ, ਜਿਹਨੂੰ ਪਸੰਦ ਆਵੇ ਕੋਈ ਵੀ ਗਾਂ ਇਹਨਾਂ 'ਚੋਂ ਕਾਲ ਕਰ ਸਕਦੇ ਹੋ। ਇਸ ਮੱਝ ਦੀ ਵੀ ਡਿਟੇਲ ਪੁੱਛਦੇ ਹਾਂ। ਮੱਝ ਨੇ ਕਿੰਨਾ ਸੂਆ ਸੁਣਾ ਵੀਰੇ? ਕਿੰਨਾ ਚਿਰ ਲੈ ਜੂਗੀ? 15 ਬਾਕੀ ਆ। 15 ਦਿਨਾਂ ਦੀ ਹਜੇ ਕੱਚੀ ਹੈ, ਹਮਰੇ ਆਪਣੇ ਰਸਤੇ 'ਚ ਆਈ, ਆਪਾਂ ਗਾਂ ਛੱਡਣ ਗਏ ਜੀ ਉੱਥੋਂ ਲਿਆਉਣ ਦੀ। ਠੀਕ ਹੈ, ਗਾਂ ਉਹਨਾਂ ਨੂੰ ਦੇਤੀ? ਹਾਂਜੀ ਹਾਂਜੀ। ਅਤੇ ਮੱਝ ਲੈ ਆਉਂਦੀ? ਮੱਝ ਲੈ ਆਉਂਦੀ। ਕਿੰਨਾ ਕੁ ਦੁੱਧ ਬਾਈ ਦਿੱਤਾ? ਦੁੱਧ 12 ਕਿਲੋ ਦਿੱਤਾ ਜੀ। 12 ਕਿਲੋ ਦਿੱਤਾ। ਠੀਕ ਹੈ, ਇਹਦਾ ਰੇਟ ਕੀ ਰੱਖਿਆ? 62,000 ਰੁਪਇਆ। ਖੋਲੀ ਨੂੰ ਦੋਸਤੋ, 62,000 ਡਿਮਾਂਡ ਆ। ਤੀਜਾ ਸੂਆ ਸੂਣੀ ਹੈ ਬਾਈ, ਦੱਸਦਾ ਵੀ ਰਿਸ਼ਤੇਦਾਰੀ ਦੇ ਵਿੱਚ ਗਾਂ ਛੱਡਣ ਗਿਆ ਨੇ, ਲਿਆਂਦੀ ਹੈ ਚੜਾ ਕੇ, 15 ਦਿਨਾਂ ਦੀ ਹਜੇ ਕੱਚੀ ਹੈ, ਥੋੜ੍ਹੀ ਜਿਹੀ ਲਿੱਸੀ ਦੋਸਤੋ ਜ਼ਰੂਰ ਹੈਗੀ ਆ, ਬਾਕੀ ਜਿਹੜਾ ਢਾਂਚਾ ਕੱਦ ਕਾਠ ਉਹ ਤੁਸੀਂ ਦੇਖ ਸਕਦੇ ਹੋ। 15 ਦਿਨਾਂ ਦੀ ਹਜੇ ਕੱਚੀ ਹੈ ਅਤੇ 62,000 ਡਿਮਾਂਡ। ਮੋੜ ਲਾ ਬਾਈ, ਇਹਦੇ 'ਚੋਂ ਵੀ ਕੁਛ ਮਾਣ ਤਾਣ ਹੋ ਜਾਣਾ। ਆਮ ਤੌਰ 'ਤੇ ਇਸ ਰੇਟ 'ਚ ਪੋਕੜ ਪਸ਼ੂ ਜਿਹੜਾ ਉਹ ਮਿਲੂਗਾ ਤੁਹਾਨੂੰ, 15 ਦਿਨਾਂ ਨੂੰ ਸੋਣਾ। ਉਮੀਦ ਹੈ ਦੁੱਧ ਦੋਸਤੋ ਠੀਕ ਦੇ ਦੂਗੀ, ਬਾਕੀ ਜਿਹੜਾ ਵੀਰ ਪਸੰਦ ਕਰੇ ਕਾਲ ਕਰ ਸਕਦੇ ਹੋ। ਢਾਂਚਾ ਤੁਸੀਂ ਦੇਖ ਹੀ ਲਿਆ, 15 ਦਿਨਾਂ ਦੀ ਕੱਚੀ ਹੈ, ਉਸ ਹਿਸਾਬ 'ਤੇ ਤੁਸੀਂ ਆ ਕੇ ਆਪਦੀ ਤਸੱਲੀ ਦੋਸਤੋ ਕਰ ਲਿਓ, ਪਸ਼ੂ ਜਿਹੜਾ ਦੇਖ ਲਿਆ ਕਰੋ ਆਪਦੀ ਨਿਰਖ ਪਰਖਣਾ। 62,000 ਡਿਮਾਂਡ, ਅਤੇ ਇਹ ਤੋਂ ਬਿਨਾਂ 2 ਗਾਵਾਂ ਪਹਿਲਾਂ ਦਿਖਾਤੀਆਂ।
ਸੋ ਪਸ਼ੂ ਦੋਸਤੋ ਕੋਈ ਵੀ ਖਰੀਦੋ ਕਿਤੋਂ ਵੀ ਖਰੀਦੋ ਤਸੱਲੀ ਕਰਨਾ ਤੁਹਾਡਾ ਹੱਕ ਹੈ ਕਰ ਸਕਦੇ ਹੋ ਦੇਖ ਲਿਆ ਕਰੋ ਆ ਕੇ ਸੋ ਆਪਦੀ ਤਸੱਲੀ ਨਾਲ ਪਸ਼ੂ ਖਰੀਦੋ ਧੰਨਵਾਦ ਵੀਡੀਓ ਦੇਖਣ ਲਈ।